ਇਨਸਾਨ ਦੇ ਮਨ ਦੀ ਅਜਿਹੀ ਅਵਸਥਾ ਜਿਸ ਵਿੱਚ ਉਹ ਚਾਹੁੰਦਾ ਕਿ ਸਿਰਫ ਉਸ ਦੇ ਅਨੁਸਾਰ ਹੀ ਸਭ ਕੁਝ ਹੋਣਾ ਚਾਹੀਦਾ। ਕੁਝ ਵੱਖਰਾ ਹੋਣ ਦੇ ਡਰ ਨਾਲ ਹੀ ਉਸ ਇਨਸਾਨ ਦਾ ਮਨ ਅਜਿਹੇ ਹਾਲਾਤ ਨੂੰ ਸਵੀਕਾਰਨਾ ਪਸੰਦ ਨਹੀਂ ਕਰਦਾ। ਮਨ ਦੀ ਅਜਿਹੀ ਅਵਸਥਾ ਹੀ ਦੁੱਖ ਅਖਵਾਉਂਦੀ। ਪਰ ਇਸ ਦੇ ਉਲਟ ਸਬਰ ਸੰਤੋਖੀ ਇਨਸਾਨ ਜਾਣਦਾ ਕਿ ਜੋ ਮੈਂ ਬੀਜਿਆ ਵੱਢਣਾ ਮੈਨੂੰ ਹੀ ਪੈਣਾ, ਭਾਵੇਂ ਰੋ ਕੇ ਵੱਢਾਂ ਜਾਂ ਹੱਸ ਕੇ, ਇਸ ਨਾਲ ਕੁਝ ਫਰਕ ਨਹੀਂ ਪੈਣਾ। ਅਜਿਹੇ ਇਨਸਾਨ ਵਾਸਤੇ ਦੁੱਖ ਵੀ ਦਵਾਈ ਦਾ ਕੰਮ ਕਰਦਾ। ਦੁੱਖ ਦਾਰੂ, ਸੁੱਖ ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ। ਜੇ ਆਰਥਿਕ ਤੌਰ ਤੇ ਵੇਖਿਆ ਜਾਵੇ ਤਾਂ ਕਾਰਲ ਮਾਰਕਸ ਅਨੁਸਾਰ ਮਨੁੱਖ ਦੇ ਦੁੱਖ ਲਈ ਸਮਾਜ ਜ਼ਿੰਮੇਵਾਰ। ਲੱਖਾਂ ਕਰੋੜਾਂ ਲੋਕ ਇਸ ਲਈ ਗਰੀਬ ਕਿ ਕੋਈ ਬਹੁਤ ਜ਼ਿਆਦਾ ਅਮੀਰ ਹੋ ਗਿਆ। ਬਾਇਓਲੋਜੀਕਲੀ ਵੇਖਿਆ ਜਾਵੇ ਤਾਂ ਸਿਗਮਨ ਫਰਾਇਡ ਅਨੁਸਾਰ ਮਨੁੱਖ ਦੇ ਦੁੱਖ ਲਈ ਉਸਦੇ ਮਾਂ ਬਾਪ ਜ਼ਿੰਮੇਵਾਰ। ਜਿਸ ਦੇ ਮਾਂ ਬਾਪ ਰੋਗੀ, ਜਨਮ ਤੋਂ ਹੀ ਉਹ ਬੱਚਾ ਰੋਗੀ, ਕਿਸੇ ਨੂੰ ਸ਼ੂਗਰ, ਕਿਸੇ ਨੂੰ ਏਡਸ। ਇਸ ਲਈ ਸਰਕਾਰ ਨੂੰ ਅਜਿਹੇ ਰੋਗੀ ਮਾਂ ਬਾਪ ਤੋਂ ਬੱਚਾ ਪੈਦਾ ਕਰਨ ਦਾ ਅਧਿਕਾਰ ਖੋਹ ਲੈਣਾ ਚਾਹੀਦਾ। ਪਰ ਧਾਰਮਿਕ ਦ੍ਰਿਸ਼ਟੀ ਮੰਨਦੀ ਕਿ ਮਨੁੱਖ ਆਪਣੇ ਦੁੱਖਾਂ ਲਈ ਆਪ ਜ਼ਿੰਮੇਵਾਰ। ਇਨਸਾਨ ਜੋ ਕਰਮ ਕਰਦਾ ਉਹਨਾਂ ਕਰਮਾਂ ਅਨੁਸਾਰ ਹੀ ਫਲ ਮਿਲਦਾ। ਦੱਦਾ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਮਾਂ ਬਾਪ ਇਸ ਕਰਕੇ ਦੁਖੀ ਕਿ ਉਹਨਾਂ ਦੇ ਬੱਚੇ ਉਹਨਾਂ ਅਨੁਸਾਰ ਨਹੀਂ ਚੱਲਦੇ। ਬੱਚੇ ਇਸ ਕਰਕੇ ਦੁਖੀ ਕਿ ਉਹਨਾਂ ਦੇ ਮਾਂ ਬਾਪ ਦੀ ਸੋਚ ਮਾਡਰਨ ਨਹੀਂ। ਪਤੀ ਪਤਨੀ ਇਸ ਕਰਕੇ ਦੁਖੀ ਕਿ ਜਿਸ ਤਰ੍ਹਾਂ ਦਾ ਜੀਵਨ ਸਾਥੀ ਚਾਹੀਦਾ ਸੀ ਨਹੀਂ ਮਿਲਿਆ। ਜੇ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਸੁੰਦਰ ਕਰੂਪ, ਇਸਤਰੀ ਪੁਰਸ਼, ਬੱਚਾ ਬੁੱਢਾ ਸਭ ਦੁਖੀ। ਗਰੀਬ ਇਸ ਕਰਕੇ ਦੁਖੀ ਕਿ ਪੈਸਾ ਵਰਤੇ ਕਿੱਥੋਂ, ਅਮੀਰ ਇਸ ਲਈ ਦੁਖੀ ਕਿ ਪੈਸਾ ਵਰਤੇ ਕਿੱਥੇ ਤਾਂ ਜੋ ਪੈਸਾ ਪੈਸੇ ਨੂੰ ਖਿੱਚ ਸਕੇ। ਵੱਡੇ ਵੱਡੇ ਜੋ ਦੀਸੇ ਲੋਗ, ਤਿਨਕੋ ਵਿਆਪੇ ਚਿੰਤਾ ਰੋਗ। ਦੁੱਖ ਹਮੇਸ਼ਾ ਤ੍ਰਿਸ਼ਨਾ ਤੋਂ ਪੈਦਾ ਹੁੰਦਾ। ਤ੍ਰਿਸ਼ਨਾ ਨੂੰ ਇਨਸਾਨ ਦੀਆਂ ਮੰਗਾਂ ਦੀ ਲਿਸਟ ਬਹੁਤ ਵੱਡੀ ਹੁੰਦੀ। ਉਸ ਲਿਸਟ 'ਚ ਪਰਮਾਤਮਾ ਹੁੰਦਾ ਹੀ ਨਹੀਂ। ਇਹਨਾਂ ਮੰਗਾਂ ਦੀ ਪੂਰਤੀ ਲਈ ਇਨਸਾਨ ਕਿੱਥੇ ਕਿੱਥੇ ਨਹੀਂ ਭਟਕਦਾ। ਇਨਸਾਨ ਦੇ ਬਣਾਏ ਹੋਏ ਗੁਰਦੁਆਰੇ, ਮੰਦਰ, ਮਸੀਤਾਂ 'ਚ ਮੱਥੇ ਰਗੜਦਾ, ਨਹੀਂ ਖੈਰ ਪਈ ਤੇ ਕਿਸੇ ਪਖੰਡੀ ਬਾਬੇ ਕੋਲ ਜਾਂਦਾ, ਚੌਂਕੀਆਂ ਭਰਦਾ। ਅਜਿਹੇ ਭਟਕਦੇ ਹੋਏ ਖੁਦਗਰਜ, ਅੰਧ ਵਿਸ਼ਵਾਸੀ ਇਨਸਾਨ ਹੀ ਅਸਲ 'ਚ ਅਧਾਰਮਿਕ ਹੁੰਦੇ। ਪਰ ਅਗਿਆਨਤਾਵਸ਼ ਲੋਕ ਇਹਨਾਂ ਨੂੰ ਹੀ ਧਾਰਮਿਕ ਸਮਝ ਲੈਂਦੇ, ਜਿਨ੍ਹਾਂ ਨੂੰ ਹੁਕਮ ਮੰਨਣਾ ਆਇਆ ਹੀ ਨਹੀਂ। ਫਿਰ ਅਸਲ 'ਚ ਧਾਰਮਿਕ ਕੌਣ? ਉਹ ਇਨਸਾਨ ਜੋ ਪਰਮਾਤਮਾ ਦਾ ਹੁਕਮ ਖਿੜੇ ਮੱਥੇ ਮੰਨਦਾ ਤੇ ਜਾਣ ਜਾਂਦਾ ਕਿ ਬਾਹਰ ਮੈਂ ਤਾਂ ਜਾਵਾਂ ਜੇ ਤੂੰ ਮੇਰੇ ਅੰਦਰ ਨਹੀਂ, ਭੜਕਾਂ ਮੈਂ ਤਾਂ ਜੇ ਤੇਰੇ 'ਤੇ ਵਿਸ਼ਵਾਸ ਨਹੀਂ, ਮੰਗਾਂ ਤੇਥੋਂ ਤਾਂ ਜੇ ਤੈਨੂੰ ਕੋਈ ਖਬਰ ਨਹੀਂ। ਵਿਨ ਬੋਲਿਆਂ ਸਭ ਕਿਛ ਜਾਣਦਾ, ਕਿਸ ਆਗੇ ਕੀਚੇ ਅਰਦਾਸ, ਨਾਨਕ ਘਟ ਘਟ ਏਕੋ ਵਰਤਦਾ, ਸ਼ਬਦ ਕਰੇ ਪਰਗਾਸ। ਜਗ੍ਹਾ ਜਗ੍ਹਾ ਭਟਕਦੇ ਹੋਏ ਦੁਖੀ ਲੋਕਾਂ ਦੀ ਸਮਝ ਘੱਟ ਹੋਣ ਕਾਰਨ ਉਹ ਪਰਮਾਤਮਾ ਨੂੰ ਵੀ ਸਲਾਹਾਂ ਦਿੰਦੇ ਕਿ ਤੈਨੂੰ ਮੇਰੇ ਅਨੁਸਾਰ ਚੱਲਣਾ ਚਾਹੀਦਾ। ਇਹਨਾਂ ਲੋਕਾਂ ਨੂੰ ਪਰਮਾਤਮਾ ਵੀ ਸੇਵਕ ਦੇ ਰੂਪ 'ਚ ਚਾਹੀਦਾ, ਜੋ ਇਹਨਾਂ ਦੇ ਅੱਗੇ ਪਿੱਛੇ ਫਿਰੇ, ਪਰਮਾਤਮਾ ਦੇ ਨਾਂ 'ਤੇ ਕੁਝ ਦਿੰਦੇ ਤੇ ਕਈ ਗੁਣਾ ਵੱਧ ਦੀ ਆਸ ਕਰਦੇ। ਬਦਲੇ 'ਚ ਕਿਸੇ ਜਗ੍ਹਾ 'ਤੇ ਜਾ ਕੇ ਪਰਮਾਤਮਾ ਨੂੰ ਸਮੇਂ ਸਮੇਂ ਯਾਦ ਕਰਾਉਂਦੇ ਕਿ ਭੁੱਲ ਨਾ ਜਾਈਂ ਜੋ ਤੈਨੂੰ ਕਰਨ ਲਈ ਕਿਹਾ। ਹਜ਼ਾਰਾਂ ਲੱਖਾਂ ਰੁਪਏ ਦਾ ਦਾਨ ਕਰਕੇ ਅਰਦਾਸ ਕਰਦੇ ਕਿ ਕੁਝ ਹਿੱਸਾ ਤੈਨੂੰ ਦੇ ਦਿੱਤਾ, ਬਾਕੀ ਦਾ ਹਿੱਸਾ ਕੰਮ ਹੋਣ ਤੋਂ ਬਾਅਦ। ਜੋ ਪਰਮਾਤਮਾ ਨੂੰ ਵੀ ਰਿਸ਼ਵਤ ਦੇ ਕੇ ਕੰਮ ਕਰਾਉਣ 'ਚ ਵਿਸ਼ਵਾਸ ਰੱਖਦੇ, ਅਜਿਹੇ ਵਪਾਰਕ ਬਿਰਤੀ ਵਾਲੇ ਲੋਕਾਂ ਕਾਰਨ ਹੀ ਤਾਂ ਸਮਾਜਿਕ ਖੇਤਰ 'ਚ ਭ੍ਰਿਸ਼ਟਾਚਾਰ ਫੈਲਦਾ। ਦੂਜੇ ਪਾਸੇ ਸਬਰ ਸੰਤੋਖੀ ਵਿਅਕਤੀ ਦਾ ਰੋਮ ਰੋਮ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਨਹੀਂ ਥੱਕਦਾ ਕਿ ਤੂੰ ਮੈਨੂੰ ਜੋ ਦਿੱਤਾ ਮਾੜਾ ਨਹੀਂ ਹੋ ਸਕਦਾ, ਭਾਵੇਂ ਉਹ ਦੁਖੀ ਕਿਉਂ ਨਾ ਹੋਵੇ। ਜੋ ਰਾਜ ਦੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਇਨਸਾਨ ਦੇ ਦੁੱਖ ਦਾ ਕਾਰਨ ਡਰ ਵੀ ਮੰਨਿਆ ਜਾਂਦਾ। ਇਸੇ ਲਈ ਬਹੁਤੇ ਪ੍ਰਚਾਰਕ ਲੋਕਾਂ ਨੂੰ ਡਰਾਉਣ 'ਚ ਵਿਸ਼ਵਾਸ ਰੱਖਦੇ ਕਿ ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਲੋਕਾਂ ਦੇ ਡਰ ਕਾਰਨ ਹੀ ਇਹਨਾਂ ਪ੍ਰਚਾਰਕਾਂ ਦਾ ਧੰਦਾ ਚੱਲਦਾ। ਇਹਨਾਂ ਪ੍ਰਚਾਰਕਾਂ ਨੇ ਪਰਮਾਤਮਾ ਨੂੰ ਜਾਣਨ 'ਚ ਇੰਨੀਆਂ ਸ਼ਰਤਾਂ ਰੱਖੀਆਂ ਕਿ ਕੋਈ ਵੀ ਉਹਨਾਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਸਕਦਾ। ਸ਼ਰਤਾਂ 'ਤੇ ਕਿਸੇ ਨੂੰ ਪਿਆਰ ਨਹੀਂ ਕੀਤਾ ਜਾ ਸਕਦਾ, ਅਤੇ ਜੇ ਕੋਈ ਕਰਦਾ ਉਹ ਪਿਆਰ ਝੂਠਾ ਹੁੰਦਾ। ਪਰਮਾਤਮਾ ਨੂੰ ਜਾਣਨ ਵਾਸਤੇ ਸਿਰਫ ਇੱਕ ਸ਼ਰਤ ਹੋ ਸਕਦੀ। ਕਿਹੜੀ? ਕਿ ਉਸਨੂੰ ਜਾਣਨ ਵਾਸਤੇ ਕੋਈ ਸ਼ਰਤ ਹੀ ਨਹੀਂ। ਉਹ ਤਾਂ ਹਰ ਵੇਲੇ ਇਨਸਾਨ ਨੂੰ ਸ਼ਰਤਾਂ 'ਚੋਂ ਬਾਹਰ ਨਿਕਲ ਕੇ ਆਪਣੇ ਘਰ ਆਉਣ ਨੂੰ ਕਹਿੰਦਾ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਪਈ ਬਤੀਤ। ਜੇ ਬਰੀਕੀ ਨਾਲ ਵੇਖਿਆ ਜਾਵੇ ਤਾਂ ਜਿੰਨਾ ਕੋਈ ਵੱਧ ਸੁੱਖ ਮੰਗਦਾ ਉਨਾ ਹੀ ਜ਼ਿਆਦਾ ਦੁਖੀ ਹੁੰਦਾ। ਜੋ ਸੁੱਖ ਮੰਗਣਾ ਛੱਡ ਦਿੰਦਾ
ਉਹ ਹਰ ਹਾਲਤ 'ਚ ਸੁਖੀ ਰਹਿਣਾ ਸਿੱਖ ਜਾਂਦਾ। ਇਹੀ ਕਾਰਨ ਕਿ ਸਬਰ ਸੰਤੋਖੀ ਨੂੰ ਕੋਈ ਦੁਖੀ ਨਹੀਂ ਕਰ ਸਕਦਾ ਤੇ ਤ੍ਰਿਸ਼ਨਾਲੂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ। ਇਸ ਲਈ ਜੋ ਇਨਸਾਨ ਸਿਰਫ ਸੁੱਖ ਮੰਗਦਾ, ਯਾਦ ਰੱਖੇ ਕਿ ਉਹ ਸਿਰਫ ਵਿਅਰਥ ਮੰਗ ਹੀ ਮੰਗ ਰਿਹਾ। ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਜੋ ਇਨਸਾਨ ਸਮਝ ਜਾਂਦਾ ਕਿ ਮੇਰੀ ਸਮਝ ਬਹੁਤ ਛੋਟੀ ਤੇ ਪਰਮਾਤਮਾ ਬਹੁਤ ਵੱਡਾ, ਪਰਮਾਤਮਾ ਸਾਗਰ ਤੇ ਮੇਰੀ ਸਮਝ ਸਿਰਫ ਇੱਕ ਪਿਆਲਾ, ਜੇ ਸਾਰਾ ਸਾਗਰ ਪਿਆਲੇ 'ਚ ਆ ਜਾਏ ਫਿਰ ਤਾਂ ਪਿਆਲਾ ਵੱਡਾ ਹੋਇਆ। ਮੈਂ ਜੋ ਚੁਣੂੰ, ਜੋ ਮੰਗੂ, ਮੇਰੀ ਸਮਝ ਅਨੁਸਾਰ ਛੋਟਾ ਹੀ ਹੋਊ। ਇਸ ਲਈ ਹੇ ਪਰਮਾਤਮਾ, ਤੂੰ ਆਪ ਦੇ, ਤੇਰੇ ਦਿੱਤੇ ਦੁੱਖ ਵਿੱਚ ਵੀ ਕੋਈ ਸੁੱਖ ਹੀ ਹੋਣਾ, ਤੇਰੀ ਦਿੱਤੀ ਬੁਰਾਈ 'ਚ ਵੀ ਕੋਈ ਭਲਾਈ ਹੀ ਹੋਣੀ। ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਏਕੇ ਏਕੀ ਨੇਤੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ। ਅਜਿਹੀ ਅਵਸਥਾ 'ਤੇ ਪਹੁੰਚੇ ਇਨਸਾਨ ਨੂੰ ਪਤਾ ਚੱਲ ਜਾਂਦਾ ਕਿ ਪਰਮਾਤਮਾ ਨੇ ਸੰਸਾਰ ਦੋ ਰੰਗੀ ਬਣਾਇਆ। ਕੋਈ ਐਸਾ ਦਿਨ ਨਹੀਂ ਜਿਸ ਵਿੱਚ ਰਾਤ ਨਾ ਹੋਵੇ, ਸਵਰਗ ਨਾਲ ਨਰਕ ਜੁੜਿਆ, ਪਾਪ ਨਾਲ ਪੁੰਨ, ਸੁੱਖ ਮੰਗਣ ਦੀ ਦੇਰ, ਉਸ ਨਾਲ ਜੁੜਿਆ ਦੁੱਖ ਆਪਣੇ ਆਪ ਹੀ ਆ ਜਾਂਦਾ। ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਪਾਵੇ। ਕਈ ਇਨਸਾਨਾਂ ਨੂੰ ਦੁੱਖ ਵਿੱਚ ਵੀ ਰਸ ਆਉਂਦਾ। ਇੱਕ ਛੋਟਾ ਬੱਚਾ ਜਿਸ ਨੂੰ ਵਹਿਮ ਹੋ ਜਾਂਦਾ ਕਿ ਉਸਦੇ ਮਾਂ ਬਾਪ ਉਸ ਨੂੰ ਬਿਮਾਰੀ 'ਚ ਜ਼ਿਆਦਾ ਪਿਆਰ ਕਰਦੇ, ਉਹ ਬੱਚਾ ਜਦ ਵੀ ਮਾਂ ਬਾਪ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ, ਬਿਮਾਰਾਂ ਵਰਗਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ। ਉਹੀ ਬੱਚਾ ਬੱਚਿਆਂ 'ਚ ਖੇਡਦਾ ਹੋਇਆ ਡਿੱਗ ਜਾਵੇ ਤਾਂ ਆਰਾਮ ਨਾਲ ਉੱਠ ਕੇ ਫਿਰ ਖੇਡਣ ਲੱਗ ਜਾਂਦਾ, ਪਰ ਜੇ ਮਾਂ ਬਾਪ ਲਾਗੇ ਹੋਣ ਤਾਂ ਰੋਣਾ ਸ਼ੁਰੂ ਕਰ ਦਿੰਦਾ। ਅਜਿਹੇ ਬੱਚੇ ਦੇ ਮਨ 'ਚ ਇੱਕ ਗੱਲ ਘਰ ਘਰ ਜਾਂਦੀ ਕਿ ਦੁੱਖ ਨਾਲ ਵੀ ਕਿਸੇ ਦਾ ਧਿਆਨ ਖਿੱਚਿਆ ਜਾ ਸਕਦਾ। ਇਸੇ ਲਈ ਕਈ ਪਤਨੀਆਂ ਪਤੀ ਨੂੰ ਕੰਮ ਤੋਂ ਵਾਪਸ ਆਉਂਦਿਆਂ ਹੀ ਝੂਠਾ ਮੂਠਾ ਕਿਸੇ ਨਾ ਕਿਸੇ ਬਿਮਾਰੀ ਦਾ ਬਹਾਨਾ ਕਰਕੇ ਬੈਠ ਜਾਂਦੀਆਂ ਤਾਂ ਜੋ ਪਤੀ ਉਸ ਵੱਲ ਧਿਆਨ ਦੇਵੇ। ਅਜਿਹੇ ਇਨਸਾਨ ਨੂੰ ਜੇ ਕਦੇ ਅਸਲ 'ਚ ਵੀ ਦੁੱਖ ਮਿਲ ਜਾਵੇ ਤਾਂ ਉਹ ਆਪਣੇ ਦੁੱਖ ਦੀ ਦਾਸਤਾਨ ਇਸ ਤਰ੍ਹਾਂ ਸੁਣਾਉਂਦੇ ਜਿੱਦਾਂ ਦੁੱਖਾਂ ਦਾ ਪਹਾੜ ਉਹਨਾਂ ਉੱਪਰ ਹੀ ਡਿੱਗ ਪਿਆ। ਅਜਿਹੇ ਇਨਸਾਨ ਵੀ ਆਪਣੀ ਜਗ੍ਹਾ ਸਹੀ ਹੁੰਦੇ, ਕਿਉਂਕਿ ਸਿਵਾਏ ਦੁੱਖਾਂ ਅਤੇ ਬਿਮਾਰੀਆਂ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਸਰਮਾਇਆ ਹੀ ਨਹੀਂ। ਜੇ ਕੋਈ ਉਹਨਾਂ ਦਾ ਦੁੱਖ ਸੁਣਨ 'ਚ ਉਤਸੁਕਤਾ ਨਾ ਦਿਖਾਵੇ ਜਾਂ ਬਿਮਾਰ ਹੋਣ 'ਤੇ ਪਤਾ ਲੈਣ ਨਾ ਆਵੇ, ਉਸ ਨਾਲ ਨਾਰਾਜ਼ਗੀ ਜ਼ਾਹਿਰ ਕਰਦੇ ਅਤੇ ਕਈ ਵਾਰ ਤਾਂ ਮਿਲਣਾ ਵਰਤਣਾ ਵੀ ਛੱਡ ਦਿੰਦੇ। ਅਜਿਹੇ ਦੁਖੀ ਲੋਕਾਂ ਨੇ ਹੀ ਧਾਰਨਾ ਬਣਾਈ ਕਿ ਖੁਸ਼ੀ ਦੇ ਮੌਕੇ ਭਾਵੇਂ ਕੋਈ ਕਿਸੇ ਦੇ ਘਰ ਜਾਵੇ ਜਾਂ ਨਾ, ਪਰ ਦੁੱਖ ਵੇਲੇ ਜ਼ਰੂਰ ਜਾਣਾ ਚਾਹੀਦਾ। ਦੁੱਖ ਆਉਣ 'ਤੇ ਮਨ 'ਚ ਸੈਂਕੜੇ ਖਿਆਲ ਆਉਂਦੇ ਕਿ ਮੈਨੂੰ ਦੁੱਖ ਕਿਉਂ ਮਿਲਿਆ, ਪਰ ਸੁੱਖ ਆਉਣ 'ਤੇ ਕਦੇ ਨਹੀਂ ਸੋਚਦੇ ਕਿ ਮੈਂ ਅਜਿਹਾ ਕੀ ਕੀਤਾ ਜੋ ਮੈਨੂੰ ਸੁੱਖ ਮਿਲਿਆ। ਇਹ ਲੋਕ ਕਦੇ ਵਿਛੋੜੇ ਕਾਰਨ, ਕਦੇ ਕਿਸੇ ਭੁੱਖ ਕਾਰਨ, ਕਦੇ ਮੌਤ ਦੇ ਡਰ ਤੋਂ ਅਤੇ ਕਦੇ ਕਿਸੇ ਰੋਗ ਕਾਰਨ ਦੁਖੀ ਹੀ ਰਹਿੰਦੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਾਏ, ਵੈਦ ਨਾ ਭੋਲੇ ਦਾਰੂ ਲਾਏ। ਜੋ ਇਨਸਾਨ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦਾ, ਭਾਵ ਸੁੱਖ ਆਉਣ 'ਤੇ ਖੁਸ਼ੀ 'ਚ ਆਪੇ ਤੋਂ ਬਾਹਰ ਨਹੀਂ ਹੁੰਦਾ ਅਤੇ ਦੁੱਖ ਆਉਣ 'ਤੇ ਗਿਲਾ ਸ਼ਿਕਵਾ ਨਹੀਂ ਕਰਦਾ ਕਿ ਪਰਮਾਤਮਾ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ, ਮੇਰੀ ਤਾਂ ਪਾਤਰਤਾ ਬਹੁਤ ਜ਼ਿਆਦਾ ਸੀ ਅਤੇ ਤੂੰ ਦੇਣ ਦੀ ਬਜਾਏ ਮੇਰਾ ਹੀ ਕੁਝ ਲੈ ਲਿਆ, ਮੈਂ ਤਾਂ ਰੋਜ਼ ਤੇਰਾ ਨਾਮ ਧਿਆਉਂਦਾ ਰਿਹਾ, ਪਾਠ ਪੂਜਾ ਕਰਦਾ ਰਿਹਾ, ਪਰ ਤੂੰ ਕੀ ਕੀਤਾ। ਅਜਿਹੇ ਇਨਸਾਨ ਕੀਤੇ ਹੋਏ ਪਾਠ ਪੂਜਾ ਦਾ ਮਿਹਨਤਾਨਾ ਮੰਗਣ ਅਤੇ ਵਾਸਤੇ ਪਾਉਣ ਤੋਂ ਵੀ ਪਿੱਛੇ ਨਹੀਂ ਹਟਦੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਮੰਗ ਪੂਰੀ ਨਾ ਹੋਣ 'ਤੇ ਇਹ ਲੋਕ ਕਿੰਤੂ ਪਰੰਤੂ ਕਰਦੇ। ਜੇ ਪਹਿਲੀਆਂ ਦਿੱਤੀਆਂ ਹੋਈਆਂ 10 ਚੀਜ਼ਾਂ ਤੇਥੋਂ ਉਹ ਵਾਪਸ ਲੈ ਲਏ, ਫਿਰ ਕੀ ਤੂੰ ਕੁਝ ਕਰ ਸਕਦਾ। 10 ਬਸਤੂ ਲੈ ਪਾਸ਼ੇ ਪਾਵੇ, ਏਕ ਬਸਤ ਕਰਨ ਬਿਖੋਟ ਗਵਾਵੇ, ਏਕ ਪੀ ਨਾ ਦੇ 10 ਪੀ ਹਰ ਲੇ, ਤੋ ਮੂੜਾ ਕਹਿ ਕਹਾ ਕਰੇ। ਕੁਦਰਤ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਸ੍ਰਿਸ਼ਟੀ ਚੱਲਦੀ। ਪਾਣੀ 100 ਡਿਗਰੀ 'ਤੇ ਹੀ ਭਾਪ ਬਣਦਾ, 98-99 ਡਿਗਰੀ 'ਤੇ ਨਹੀਂ। ਬੰਦੇ ਦੇ ਕਰਮ ਹੀ ਫੈਸਲਾ ਕਰਦੇ ਕਿ ਉਸਨੂੰ ਕੀ ਮਿਲੇਗਾ। ਇਨਸਾਨ ਦੇ ਕਰਮ ਉਸ ਦੁਆਰਾ ਬੀਜੇ ਹੋਏ ਬੀਜ ਹਨ ਅਤੇ ਦੁੱਖ ਸੁੱਖ ਉਹਨਾਂ ਬੀਜਾਂ ਤੋਂ ਪੈਦਾ ਹੋਇਆ ਫਲ ਮੰਗਣ ਨਾਲ ਨਹੀਂ ਮਿਲਦਾ, ਇਨਸਾਨ ਦੀ ਪਾਤਰਤਾ ਅਨੁਸਾਰ ਮਿਲਦਾ। ਪਰ ਇਨਸਾਨ ਭੁੱਲ ਜਾਂਦਾ ਕਿ ਉਸਨੇ ਬੀਤੇ ਸਮੇਂ 'ਚ ਬੀਜਿਆ ਕੀ ਸੀ, ਬੀਜ ਦਾ ਕਿੱਕਰ ਅਤੇ ਮੰਗ ਅੰਬਾਂ ਦੀ। ਫਿਰ ਫਰਿਆਦ ਕਰਦਾ ਕਿ ਹੇ ਸੱਚੇ ਪਾਤਸ਼ਾਹ, ਮੇਰੇ ਕੋਲੋਂ ਗਲਤੀ ਹੋ ਗਈ, ਹੁਣ ਕਿਰਪਾ ਕਰ ਕਿੱਕਰ 'ਤੇ ਅੰਬ ਲਾ ਦੇ। ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਇੰਦਾ, ਪੈਂਦਾ ਲੋੜੇ ਪੱਟ। ਜਿਸ ਇਨਸਾਨ ਨੂੰ ਸਮਝ ਆ ਜਾਂਦੀ ਕਿ ਅੱਜ ਤੱਕ ਮੈਂ ਸਿਰਫ ਸੰਸਾਰਕ ਮੰਗਾਂ ਹੀ ਮੰਗੀਆਂ,
ਜੇ ਪਰਮਾਤਮਾ ਦੀ ਮੰਗ ਵੀ ਕੀਤੀ ਤੇ ਉਹ ਵੀ ਲੋਭਵਸ ਕਿ ਤੂੰ ਮਿਲ ਤਾਂ ਜੋ ਤੂੰ ਮੇਰੀਆਂ ਸੰਸਾਰਿਕ ਇੱਛਾਵਾਂ ਪੂਰੀਆਂ ਕਰ ਸਕੇ। ਇਹ ਸਮਝ ਦੇ ਆਉਂਦਿਆਂ ਹੀ ਉਸ ਨੂੰ ਵਿਵੇਕਸ਼ੀਲ ਬੁੱਧ ਪ੍ਰਾਪਤ ਹੁੰਦੀ ਕਿ ਜੀਵਨ ਦੁੱਖ ਨਹੀਂ, ਇੱਛਾਵਾਂ ਦੁੱਖ ਹਨ। ਇੱਛਾਵਾਂ ਖਤਮ ਕਰ ਦਿਓ, ਦੁੱਖ ਆਪਣੇ ਆਪ ਖਤਮ ਹੋ ਜੂ। ਅੱਜ ਤੱਕ ਕਿਸੇ ਦੀਆਂ ਵੀ ਇੱਛਾਵਾਂ ਪੂਰੀਆਂ ਨਹੀਂ ਹੋਈਆਂ। ਇੱਕ ਇੱਛਾ ਪੂਰੀ ਹੋਵੇ ਤਾਂ ਉਹ 10 ਇੱਛਾਵਾਂ ਨੂੰ ਜਨਮ ਦਿੰਦੀ, 10 ਇੱਛਾਵਾਂ ਪੂਰੀਆਂ ਹੋਣ ਤਾਂ ਸੈਂਕੜੇ ਪੈਦਾ ਹੁੰਦੀਆਂ। ਮਨੁੱਖ ਦੀ 4 ਦਿਨ ਦੀ ਜ਼ਿੰਦਗੀ 'ਚ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹ ਇਨਸਾਨ ਇੱਛਾਵਾਂ ਦੇ ਬੋਝ ਥੱਲੇ ਹੀ ਦਮ ਤੋੜਦਾ। ਇਹ ਸਮਝ ਦੇ ਆਉਂਦਿਆਂ ਹੀ ਅਜਿਹਾ ਇਨਸਾਨ ਇੱਛਾਵਾਂ ਦੇ ਦੁੱਖ ਤੋਂ ਉੱਪਰ ਉੱਠ ਕੇ ਆਨੰਦਮਈ ਅਵਸਥਾ 'ਚ ਪ੍ਰਵੇਸ਼ ਕਰ ਜਾਂਦਾ। ਉਸ ਨੂੰ ਅਹਿਸਾਸ ਹੋ ਜਾਂਦਾ ਕਿ ਅੱਜ ਤੱਕ ਮੈਂ ਸਿਰਫ ਪਰਮਾਤਮਾ ਨੂੰ ਸ਼ਿਕਾਇਤਾਂ ਹੀ ਕੀਤੀਆਂ, ਅਰਦਾਸ ਤਾਂ ਕਦੇ ਕੀਤੀ ਹੀ ਨਹੀਂ। ਅਰਦਾਸ ਵਿੱਚ ਤਾਂ ਸਿਰਫ ਸ਼ੁਕਰਾਨਾ ਹੀ ਹੁੰਦਾ। ਉਸ ਸਮੇਂ ਜ਼ਿੰਦਗੀ 'ਚ ਪਹਿਲੀ ਵਾਰ ਸ਼ਬਦਾਂ ਨਾਲ ਨਹੀਂ, ਹੰਝੂਆਂ ਨਾਲ ਅਰਦਾਸ ਨਿਕਲਦੀ ਕਿ ਹੇ ਪਰਵਰਦੀਗਾਰ, ਤੇਰੇ ਤੋਂ ਬਗੈਰ ਸਭ ਕੁਝ ਦਾ ਮਿਲਣਾ ਵੀ ਦੁੱਖ, ਇਸ ਲਈ ਤੂੰ ਮਿਲ ਤਾਂ ਜੋ ਸਾਰੀਆਂ ਮੰਗਾਂ ਹੀ ਖਤਮ ਹੋ ਜਾਣ। ਵਿਨਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਦੁੱਖ ਸੁੱਖ ਤੋਂ ਪਾਰ ਹੋ ਚੁੱਕੇ ਇਨਸਾਨ ਨੂੰ ਸਮਝ ਆ ਜਾਂਦੀ ਕਿ ਕੁਦਰਤ ਦੇ ਨਿਯਮਾਂ ਦੇ ਪਾਲਣ ਨਾਲ ਸੁੱਖ ਮਿਲਦਾ ਤੇ ਨਿਯਮਾਂ ਦੀ ਉਲੰਘਣਾ ਨਾਲ ਦੁੱਖ, ਦੋਵੇਂ ਸਾਡੇ ਹੀ ਕਰਮਾਂ ਦਾ ਫਲ। ਇਸ ਲਈ ਬੀਜ ਬੀਜਣ ਲੱਗਿਆਂ ਸੁਚੇਤ ਹੋਣ ਦੀ ਲੋੜ ਕਿ ਬੀਜਿਆ ਕੀ ਜਾ ਰਿਹਾ। ਫਲ ਰੂਪ 'ਚ ਜੋ ਮਿਲਦਾ ਉਸ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਕੁਦਰਤ ਦਾ ਹੁਕਮ ਮੰਨਣਾ ਹੀ ਇਨਸਾਨ ਦਾ ਕਰਮ। ਅਜਿਹੇ ਇਨਸਾਨ ਦੀਆਂ ਲੋਕ ਪਰਲੋਕ ਦੋਵੇਂ ਮੰਗਾਂ ਖਤਮ ਹੋ ਜਾਂਦੀਆਂ। ਫਿਰ ਉਹੀ ਇਨਸਾਨ ਦੁਖੀ ਰਹਿਣ ਦੀ ਬਜਾਏ ਉਸ ਪਰਮਾਤਮਾ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਨਾ ਸਿੱਖ ਜਾਂਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ।